जी अस्सलाम वालेकुम दोस्तों, पंजाबी ब्लॉग पाकिस्तान दे चैनल ते सारे नु खुश आमदीद। साढ़े चैनल नु सब्सक्राइब और लाइक जरूर करो। मैं तो बन के रवाना हो जा। मैं तेरे
ਕਿਹੜੀ ਕਦੀ ਅੰਦਰ ਆ ਗਏ ਤੁਸੀਂ ਇੱਕ ਤੁਹਾਨੂੰ ਗੱਲ ਪੁੱਛਣੀ ਹੈ ਜੀ। ਕਿਹੜੀ ਬੱਚੀ ਹੋ?
ਬਾਬਾ ਜੀ ਸਾਨੂੰ ਪਤਾ ਲੱਗਾ ਸੀਗਾ ਕਿ ਤੁਹਾਡਾ 360 ਚੇਲਾ ਮੁਰਸ਼ਦ ਜੀ ਤੁਸੀਂ ਇਕੱਲੇ ਹੀ ਲੱਗੇ ਹੁੰਦੇ ਹੋ ਮੁਰਸ਼ਦ ਦੀ ਦੁਆ ਨਾਲ 360 ਚੇਲਾ ਬਾਬਾ ਜੀ ਤੁਸੀਂ ਇਕੱਲੇ ਹੋ ਕਿੱਥੇ ਨੇ ਚੇਲੇ ਤੁਹਾਡੇ ਚੇਲੇ ਗਦਾ ਵਾਸਤੇ ਗਏ ਨੇ ਬਾਬਾ ਜੀ ਕਿੱਥੇ ਕਿੱਥੇ ਗਏ ਹੈ ਇੱਕ ਟੋਬੇ ਗਿਆ ਬਾਬਾ ਜੀ ਇਹ ਦੂਰ ਇੱਕ ਜਾਨੀ ਵਾਲੇ ਫੜਕਦੇ ਆ ਬਾਬਾ ਜੀ ਇਹ ਵੀ ਦੂਰ ਆ ਕੋਈ ਨਜ਼ਦੀਕ ਹੈ ਤਾਂ ਦੱਸੋ ਸਾਸੀ ਫੜਕਦੇ ਆ ਬਾਬਾ ਚਿਮਨੀ ਸਾਈਂ ਜੀ ਤੁਹਾਡੇ ਮੁਰਸ਼ਦ ਪਾਕ ਤੁਹਾਨੂੰ ਬੜਾ ਹੀ ਯਾਦ ਆ ਰਹੇ ਹਾਂਜੀ ਇਹ ਆਪਣੇ ਟਿੱਲੇ ਤੇ ਆ ਬਾਬਾ ਜੀ ਠੀਕ ਹੈ ਗੁਰੂ ਜੀ ਜਿਹੜਾ ਮੁਰਸ਼ਿਦ ਜੀ ਦਾ ਹੁਕਮ ਨੂੰ ਨਹੀਂ ਲਾਉਣਾ ਮੰਨਣ ਅੱਛਾ ਤੁਸੀਂ ਮੁੜ ਕੇ ਆਓ ਮੁੜ ਕੇ ਆ ਕੇ ਮੇਰੀ ਮਾਲਿਸ਼ ਕਰੋ ਨਹੀਂ ਹੌਲੀਆਂ ਨਹੀਂ ਕਰੀ ਕੀ ਕਹਿਣਾ ਜਾ ਕੇ ਕਹਿਣਾ ਇਹ ਘਰ ਬਾਲੋ ਇਹ ਘਰ ਬਾਲੋ ਤੁਹਾਡੇ ਮਾਲ ਜਾਨ ਦੀ ਖੈਰ ਖੈਰ ਪਾਵੋ ਇਹ ਘਰ ਬਾਲੋ ਤੁਹਾਡੇ ਮਾਲ ਜਾਨ ਦੀ ਖੈਰ ਖੈਰ ਪਾਵੋ ਇਹ ਘਰ ਬਾਲੋ ਤੁਹਾਡੇ ਮਾਲ ਜਾਨ ਦੀ ਖੈਰ ਖੈਰ ਪਾਵੋ ਇਹ ਘਰ ਬਾਲੋ ਅੱਗੇ ਵੀ ਜਾਊਗਾ ਕਿ ਇੱਥੇ ਲਿਆਸ ਕਰੀ ਅਗਰ ਇੱਥੇ ਨੂੰ ਲੱਗਾ ਆ ਜਾਓ ਇਹ ਘਰ ਆਇਓ ਨਾਲੇ ਖੈਰ ਮੰਗਣਾ ਤੇ ਨਾਲੇ ਸਿੱਧਾ ਮਾਲ ਮਾਰਨਾ ਇਹ ਕਿੱਧਰ ਦਾ ਸਾਧੂ ਸੰਤ ਫਕੀਰ ਹੋਇਆ ਕਿਆ ਬਾਜਾ ਦੇਖੋ ਸਾਡਾ ਕਹਿਣਾ ਫਰਜ਼ ਬਣਦਾ ਮੰਡੀ ਚਾਹੇ ਨਾ ਮੰਨੇ ਬਾਦਸ਼ਾਹ ਆ ਗਿਆ ਬਈ ਸੋਹਣੀ ਸੈਫੀ ਦੱਸੀ ਕੀ ਗੱਲ ਹੋਈ ਮੈਂ ਪਹਿਲੇ ਜੇ ਬਾਂਜੇ ਦੇ ਗਿਆ ਅੱਛਾ ਉਹ ਥੋੜਾ ਆਇਆ ਗੋਹੇ ਦਾ ਭਰਿਆ ਮੇਰੇ ਮੌਣਾ ਜੀ ਨਹੀਂ ਉਹ ਕਿਉਂ ਮੈਂ ਸੈਫੀ ਮਾਰੀ ਕਿਹੜੀ ਸੈਫੀ ਮਾਰੀ ਜਿਹੜੀ ਮੈਂ ਤੁਸੀਂ ਦੱਸੀ ਸੀ ਹਾਂ ਮੈਂ ਕੀ ਦੱਸਿਆ ਸੀ ਮੈਂ ਕਹਾਂ ਜੀ ਖੈਰ ਖਾਂ ਤੁਹਾਡਾ ਮਾਰ ਮੰਡੇ ਕੋਈ ਬਾਤ ਨੀ ਟੈਨਸ਼ਨ ਨਾ ਲਾ ਅੱਖਾਂ ਬੰਦ ਕਰ ਮੇਰੇ ਪੈਰਾਂ ਦੇ ਪੈਰ ਰੱਖ ਆਸਤਾ ਦੇ ਰੱਖਣਾ ਜੀ ਤੂੰ ਮੇਰਾ ਪੈਰ ਹੀ ਭੰਗ ਦਿੱਤਾ ਚਲੋ ਜੀ ਆਸਤਾ ਬੈਠਾ ਚਲੋ ਕਹੋ ਕਿਹੜਾ ਸ਼ਹਿਰ ਆ ਬਈ ਮੈਂ ਪਟਾਕਾ ਜੀ ਫਿਰ ਜਰਾ ਸੁਰਤ ਕਰ ਇਹ ਝਾੜਾ ਨਗਰੀ ਹੈ ਜੀ ਕੀ ਹੁਕਮ ਆ ਰਾਜਾ ਸਾਹਿਬ ਕੋ ਚੱਲ ਜਾ ਬਹੁਤ ਅੱਛੀ ਤੇ ਮੇਰੇ ਗੁਰੂ ਦਾ ਆਰਡਰ ਆ 360 ਚੇਲਾ ਵਾ ਉਹਦੇ ਵਾਸਤੇ ਭੋਜਨ ਬਣ ਸੀ ਬਹੁਤ ਸਵਾਦ ਉਹ ਮੰਗਲ ਦਾ ਹੈ ਮੈਂ ਤਾਂ ਰਾਜਾ ਸਾਹਿਬ ਨੂੰ ਕਹਿਣਾ ਮੈਨੂੰ ਬਾਲੀਆਂ ਘਰ ਵੀ ਬਾਲੀਆਂ ਕੌਣ ਬਈ ਤੂੰ ਉਹਨੇ ਕਹਿੰਦੀ ਸਾਈ ਲੋਕ ਕਿੱਦਾਂ ਆਇਆ
ਉਹ ਮੈਂ ਖੈਂਪਲੇ ਤੇ ਲੈਣਾ ਭੁੱਜ ਲੈਣਾ ਹੋਰ ਕੋਈ ਮਿੱਟੀ ਚੈੱਕ ਕਰਦਾ ਫਿਰਦਾ ਉਹ ਮੇਰੀ ਗੱਲ ਸਮਝ ਬਾਹਰ ਬੜੇ ਨਹੀਂ ਦੇ ਕੀ ਅੰਦਰ ਨਹੀਂ ਆ ਸਕਦਾ ਕੋਈ ਬਈ ਕੀ ਅੰਦਰ ਕੀ ਤਾਂ ਪਜਾਮੀ ਨਹੀਂ ਹੋ ਮੈਂ ਤੇਰਾ ਹੁਣ ਲੱਗਦਾ ਚਲੋ ਆਇਆ ਸਾਹਿਬ ਆਵੇ ਕੀ ਗੱਲ ਵਜ਼ੀਰ ਪਰੇਸ਼ਾਨ ਲੱਗਦਾ ਹੈ ਆਸ ਮੇਰੇ ਪਿਆਰਾ ਦਾ ਆਇਆ ਇੱਕ ਸਾਈਂ ਲੋਕ ਪਤਾ ਨਹੀਂ ਕਿਹ ਨਹੀਂ ਆ ਗਿਆ ਹਾਂ ਪਤਾ ਨਹੀਂ ਕਿਹ ਨਹੀਂ ਆ ਗਿਆ ਬੜੀ ਗੱਲ ਆ ਜਵਾਨਾਂ ਸਾਈਂ ਲੋਕ ਪਤਾ ਕਿਤੇ ਦੀ ਆ ਗਿਆ ਇਹ ਗਫਲਤ ਗਲਤੀ ਤੁਹਾਡੇ ਕੋਲ ਹੋਈ ਆ ਮੈਂ ਇਹ ਦੱਸੋ ਸ਼ਹਿਰ ਦੇ ਚਾਰੇ ਪਾਸੇ ਪਹਿਰਾ ਲਾਇਆ ਵਾ ਹਾਂਜੀ ਨਾਸ਼ਤਾ ਬੜੀ ਦੇਰ ਦਾ ਸੋਚ ਰਿਹਾ ਕਾਫੀ ਅਰਸਾ ਅੱਜ ਤੋਂ ਸਾਈਂ ਲੋਕ ਦੀ ਆਵਾਜ਼ ਮੇਰੇ ਕੰਮ ਨਹੀਂ ਪਈ ਸੀਗੀ ਕੱਲਾ ਵੀ ਨਹੀਂ ਕਿੰਨੇ ਆ 360 300 ਜੇ ਤੂੰ ਜ਼ਮੀਨ ਚ ਦੁੱਸ ਗਿਆ ਤੈਨੂੰ ਮੈਂ ਤਾਜ ਤੋਂ ਵੜ ਕੇ ਖਿੱਚ ਲੈਣਾ ਜੇ ਤਾਲ ਜਿੱਤ ਗਿਆ ਤੈਨੂੰ ਗਿੱਟੇ ਤੋਂ ਫੜ ਕੇ ਖਿੱਚ ਲੈਣਾ ਕੀ ਗੱਲ ਹੈ ਰੋਂਦਾ ਪਿਆ ਨਾ ਰੋਂਦਾ ਨਹੀਂ ਕੋਈ ਪਾਣੀ ਨਹੀਂ ਹੈ ਲੈ ਕੇ ਆਇਆ ਜਿਨ੍ਹਾਂ ਵਿੱਚ ਭਾਂਡੇ ਆ ਪੱਕੇ ਅੱਛਾ ਉਹ ਚੱਕਵਾ ਨਹੀਂ ਦਿੰਦੇ ਕਹਿੰਦੇ ਆ ਕੇ ਖਾ ਲੋ ਖਾ ਲੋ ਅੱਛਾ ਅੱਗੇ ਉਹ ਫਿੱਟੇ ਨੂੰ ਮੁੰਡੇ ਖੜੇ ਆ ਓਏ ਅਸੀਂ ਨਹੀਂ ਜਾ ਸਕਦੇ ਤੈਨੂੰ ਇਸ ਕਰਕੇ ਭੇਜਿਆ ਸੀ ਕਿ ਤੂੰ ਸਾਡਾ ਨਾਂ ਲਊਗਾ 360 ਚਿਹਰੇ ਦਾ ਭੋਜਨ ਕਾਹਨੇ ਲੈ ਕੇ ਆਉਂਦਾ ਤੂੰ ਨਹੀਂ ਜਾਂਦਾ ਬਗਾਨੇ ਕੋਲ ਬੁਲਾਤਾ ਉਹਦੇ ਤਿੰਨ ਮੁੰਡੇ ਆ ਕੀ ਕਰਦੇ ਆ ਗੋਲੇ ਮਾਮਾ ਫਾ ਲੈਂਦੇ ਆ ਅੱਛਾ ਕੀ ਆ ਛੋਟੀ ਦਾ ਬੁੱਧੀ ਤੇ ਖਾ ਲੋ ਪੰਨਾ ਉੱਥੇ ਮਾਰਦੇ ਮਾਰਦੇ ਕਿ ਉਹਨੇ ਇੰਤਜ਼ਾਮ ਬੜਾ ਕੀਤਾ ਆ ਕੈਸਾ ਇੰਤਜ਼ਾਮ ਕੀਤਾ ਵੱਡੇ ਵੱਡੇ ਕੜਾਹੇ ਰੱਖੇ ਉਹ ਵਿੱਚ ਦਾਲ ਦਾ ਘੀ ਪਾਇਆ ਬੱਲੇ 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 ਗੋਸ਼ਤ ਰੋਸਟ ਕਰਦੇ ਜਿਹੜਾ ਸਾਡੇ ਕੇ ਸਾਈਂ ਲੋਕ ਨਾਲ ਬੇਸਣ ਆਉਂਦੇ ਵੀ ਛੜੂਗੇ ਆ ਅੱਛਾ ਤੇ ਸ਼ਾਮ ਲੋਕ ਮੋਟਰਸਾਈਕਲ ਤੇ ਹੁੰਦੇ ਆ ਕੀ ਕਹਿੰਦੇ ਆ ਪਿੰਡ ਦਾ ਸਾਈਂ ਲੋਕ ਨਹੀਂ ਭਾਈ ਤੂੰ ਮਰਨੇ ਤੋਂ ਡਰ ਗਿਆ ਮੈਨੂੰ ਪਤਾ ਲੱਗਾ ਹਾਂਜੀ ਫਕੀਰ ਜੋ ਹੁੰਦਾ ਹੈ ਮਰਨੇ ਸੇ ਪਹਿਲੇ ਮਰਾ ਹੁੰਦਾ ਹੈ ਮਰਨਾ ਮੈਂ ਤਾਂ ਰੋਕਦਾ ਹਾਂ ਓਏ ਪਿੱਛੇ ਮੁੜ ਕੇ ਆ ਗਿਆ ਫਕੀਰ ਨੂੰ ਗਾਲ ਲੱਗਦਾ ਕੋਈ ਨਹੀਂ ਕਹਿ ਜਾ ਕਿ ਢੋਲ ਮੁੰਨੇ ਜੇ ਤਕਰਾਰ ਬਾਜੀ ਕਰਨੀ ਸੀ ਤੇ ਮੇਰੇ ਕੋ ਫਕੀਰੀ ਕਿਉਂ ਨਹੀਂ ਆ ਕੀ ਮੇਰੇ ਕੋ ਫਕੀਰੀ ਕਿਉਂ ਨਹੀਂ ਚੱਲ ਭੈਣ ਦੀ ਫਕੀਰੀ ਆ ਓਏ ਤਕਰਾਰ ਬਾਜੀ ਨਾ ਕਰ ਮੈਂ ਤੇਰਾ ਮੁਰਸ਼ਿਦ ਹਾਂ ਆਪ ਮੁਰਸ਼ਿਦ ਹੀ ਖੜਾ ਓਏ ਤੂੰ ਮੇਰਾ ਚੇਲਾ ਮੈਂ ਭੈਣ ਦੇ ਨਾਲ ਤੇਰਾ ਛੇਲਾ ਆ
ਫਕੀਰੀ ਕਿਉਂ ਲਈ? ਅੱਛਾ ਫਕੀਰੀ ਗੁਮਰਾਹ ਹੋ ਗਿਆ, ਮੈਂ ਤੈਨੂੰ ਛੱਡ ਕੇ ਜਾਣਾ ਸੀਗਾ, ਹੁਣ ਮੈਂ ਤੈਨੂੰ ਨਾਲ ਲੈ ਕੇ ਜਾਣਾ, ਚਲਾ ਮੇਰੇ ਨਾਲ, ਤੁਸੀਂ ਨਾਲ ਹੀ ਆ। ਹੈਲੋ ਬੰਦਾ ਪਿੰਡ ਕਰਨ ਜੀ ਦਿਲ ਕਰ ਲਵੇ ਸਾਧੂ ਸੰਤ ਰਮੇਸ਼ ਅੱਲਾ ਟੱਪਣਾ ਦਾ ਭੂਣਾ ਲੈ ਕੇ ਮਾਂ ਨੇ ਸ਼ਿਕਰ ਚ ਹੁੰਦਾ ਅੱਲਾ ਦਾ ਬਲੀ ਇੱਕ ਫਰੀ ਲੇਖਦੀ ਇੱਕ ਭੇਜਦੀ ਭੇਸ ਬਣ ਲਿਆ ਮੁਰਸ਼ਦ ਦਾ ਦਰਵੇਸ਼ ਹੋ ਗਿਆ ਇੱਕ ਪਿੱਛਾ ਮੁੰਡਾ ਲੇਖਦੀ ਮੈਨੂੰ ਤੇਰੇ ਕਿਸੇ ਕਾਨੂੰਨ ਦਾ ਨਹੀਂ ਪਤਾ, ਮੈਨੂੰ ਆਪਣੇ ਰੱਬ ਦੇ ਕਾਨੂੰਨ ਦਾ ਪਤਾ। ਮੇਰੀ ਗੱਲ ਸੁਣ ਲਾ, ਰੱਬ ਦੇ ਕਾਨੂੰਨ ਦਾ ਮੈਂ ਵੀ ਜਾਣਦਾ, ਬਾਕੀ ਜਿਹੜਾ ਹੁਣ ਸਾਡੇ ਕਾਨੂੰਨ ਆ ਇਹ ਵੀ ਤਵੱਜੋ ਕਰਦੀ ਆ। ਤੁਸੀਂ ਕਿਹੜੇ ਕਾਨੂੰਨ ਲਾਗੂ ਕਰਦੇ ਨੇ? ਉਹ ਬੜੇ ਕੋਈ ਫਕੀਰ ਨਾ, ਬੜੇ ਕੋਈ ਫਕੀਰ ਨਾ। ਮੇਰੇ ਸ਼ਹਿਰਾਂ ਦੀ ਕਿਉਂ ਆਇਆ ਤੂੰ? ਤੇਰੀ ਚੁੱਕ ਲਿਆਈ ਗੁਜਾ ਜੋਗੀ ਅੱਖਾਂ ਨਹੀਂ ਤੁਸੀਂ ਕੁਛ ਵੀ ਨਹੀਂ ਹੋ, ਅਸੀਂ ਕੀ ਆ? ਤੈਨੂੰ ਭੁਲੇਖਾ ਲੱਗ ਗਿਆ ਦਰਵੇਸ਼, ਆਟਾ ਰੰਗ ਦਾ ਜਾ ਪੈਸੇ ਮੈਂ ਤੇਰੇ ਕੋਲ ਨਾ ਪੈਸੇ ਲੈਣਾ ਆ ਨਾ ਆਟਾ ਲੈਣਾ ਆ, ਮੈਂ ਤੇਰੇ ਕੋਲ ਇੱਕ ਬਦਲਾ ਲੈਣਾ। ਬਾਬਾ ਸਾਈਂ
ਬੜਾ ਜੁਰਦਾਲਾ ਲੱਗਿਆ ਵੇ ਤੂੰ ਤੈਨੂੰ ਇਹ ਪਤਾ ਤੂੰ ਕਿਹੜੇ ਗਿਰੇਵਾਨ ਨੂੰ ਹੱਥ ਪਾਇਆ ਹੈ ਹਾਂ ਬਾਦਸ਼ਾਹ ਦੇ ਗਿਰੇਵਾਨ ਨੂੰ ਹੱਥ ਪਾਇਆ ਠੀਕ ਆ ਤੇਰਾ ਮੇਰਾ ਬਦਲਾ ਕੀ ਤੇਰੀ ਮੇਰੀ ਕੋਈ ਜ਼ਮੀਨ ਸਾਂਝੀ ਆ ਮੈਂ ਤੇਰੀ ਕੋਈ ਕੋਠੀ ਸੋਧੀ ਆ ਬਗ ਹੈ ਮਾਰਿਆ ਬਗ ਤੈਨੂੰ ਚਿੱਤੇ ਕਰਾਂ ਹਾਂ ਤੇਰਾ ਮੇਰਾ ਬੜੀ ਗੱਲ ਆ ਜਵਾਨਾ ਤੇਰਾ ਮੁਰਸ਼ਿਦ ਆਇਆ ਸੀ ਉਹ ਕਹਿੰਦਾ ਮੈਂ ਮਰ ਨਹੀਂ ਸਕਦਾ ਤੂੰ ਹੁਣ ਉਹਦਾ ਚੇਲਾ ਬਾਲਕ ਆ ਗਿਆ ਤੂੰ ਕਹਿੰਦਾ ਮੈਂ ਜ਼ਿੰਦਾ ਕਰੂੰਗਾ ਤੁਸੀਂ ਕਰਦੇ ਕੀ ਫਿਰਦੇ ਆ ਸਾਨੂੰ ਕੀ ਪੁੱਠੇ ਰਸਤੇ ਪਾਈ ਫਿਰਦੇ ਤੁਸੀਂ ਲੈ ਮੇਰੇ ਹੋਸ਼ੋ ਹਵਾਸ ਕਹਿਣ ਮੈਂ ਕੋਈ ਨਸ਼ਾ ਨਹੀਂ ਪੀਤਾ ਨਹੀਂ ਮੈਨੂੰ ਸਾਰਾ ਪਤਾ ਲੱਗ ਗਿਆ ਏ ਹੁਣ ਕੰਮ ਕਰੂਗੇ ਫਕੀਰ ਦੀ ਬਾਬਾ ਸਾਈਂ ਲੋਕਾਂ ਨੂੰ ਕੰਮ ਜ਼ਿੰਦਾ ਕਰੂੰਗਾ ਮੁਰਸ਼ਦ ਦੀ ਮੈਂ ਵੀ ਨੇ ਵਾਅਦਾ ਕਰ ਲਿਆ ਕਿਹੜਾ ਵਾਅਦਾ ਜ਼ਿੰਦਾ ਕਰਨਾ ਬੜੀ ਜ਼ਰੂਰੀ ਗੱਲ ਆ ਤੇਰਾ ਮੁਰਸ਼ਦ ਦੀ ਉਸ ਦੀ ਦੇ ਵਿੱਚੋਂ ਆਵਾਜ਼ ਵੀ ਆਈ ਵੇ ਮੈਂ ਤਾਲੀ ਜੋ ਕਹੂੰਗਾ ਤੇਰਾ ਅੱਜ ਮੰਨੂਗਾ ਠੀਕ ਆ ਜੈ ਜਿੰਦਾ ਚਲੂ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਹਫ਼ਤੇ ਦੇ ਕਿੰਨੇ ਘੰਟੇ ਸਾਲਾਂ ਦੀ ਜ਼ਰੂਰਤ ਨਹੀਂ ਕਿਸੇ ਮਹੀਨਿਆਂ ਦੀ ਲੋੜ ਨਹੀਂ ਸਿਰਫ ਤੇਰੇ ਨਾਲ ਵਾਦਾ ਦੀ ਲੋੜ ਆਜ ਆਪ ਘਰ ਮੁੜ ਜਾ ਚੱਲਣ ਦੇ ਇੰਨਾ ਟਾਈਮ ਥੋੜਾ ਮੰਗਦਾ ਹੈ ਦੇਖ ਲੈ ਸੋਚ ਲਾ ਸੋਚ ਰਿਹਾ ਫੇਰ ਸੋਚ ਲਾ ਫੇਰ ਸੋਚ ਰਿਹਾ ਜਾ ਬਾਬਾ ਸਾਈਂ ਮੈਂ ਤੈਨੂੰ ਅਟਲ ਦਿੰਦਾ ਵਾਂ ਆਵਾਜ਼ ਮਾਰ ਆਵਾਜ਼ ਮਾਰਾ ਮੁਰਸ਼ਿਦ ਜਾ ਮੁੜ ਜਾ
ਕਰੀ ਮਰਿਓ ਜਿੰਦਾ ਨਹੀਂ ਹੋਏ ਮੇਰੇ ਕੋਲੇ ਦੱਸ ਆਵਾਜ਼ ਆਣੀ ਹੈ ਇੱਕ ਮੈਂ ਭੋਰਾ ਲਿਆਈ ਨਹੀਂ ਕਰਨਾ ਠੀਕ ਆ ਕਿਸਮ ਮਿਲਣਾ ਜਾਂ ਕੁਝ ਖਾਣਾ ਜਾਂ ਕੁਝ ਪੀਣਾ ਤੇਰੇ ਦਿਲ ਦੇ ਵਿੱਚ ਇੱਕ ਹਸਰਤ ਹੈ ਕਿ ਮੈਨੂੰ ਦੱਸ ਦੇ ਕਿਉਂ ਮੈਂ ਤੈਨੂੰ ਅਜੇ ਅੱਜ ਦੇ ਸਕਦਾ ਸਿਰਫ ਦੋ ਚਾਰ ਮਿੰਟ ਦੀ ਬੜੀ ਗੱਲ ਆ ਜਦੋਂ ਕਿਸੇ ਨੂੰ ਫਾਂਸੀ ਜਾਂ ਸਜ਼ਾ ਮੌਤ ਦੇਣੀ ਦੇਣੀ ਹੋਵੇ ਤੇ ਉਹਦੀ ਅਚਾਨਕ ਬਾਦਸ਼ਾਹ ਪੁੱਛੀ ਤੇ ਮੈਂ ਮੇਰੀ ਖੁਆਇਸ਼ ਆ ਕਿ ਜਿਹਦਾ ਮੈਂ ਪਤਾ ਗੱਲ ਪਾਇਆ ਮੈਨੂੰ ਯਾਦ ਕਰ ਹਾਂ ਯਾਦ ਕਰ ਲਈ ਉਹੀ ਆਵਾਜ਼ ਕੰਨ ਦੇ ਵਿੱਚ ਆਈ ਆ ਬੜੀ ਦੇਰ ਬਾਅਦ ਆਵਾਜ਼ ਆਈ ਆ ਤੇ ਆਵਾਜ਼ ਹੋਈ ਅਗਰਾਮ ਮੈਂ ਆਪਣੇ ਮੁਰਸ਼ਿਦ ਦਾ ਸਮਝਿਆ ਬਾਬਾ ਮਾਫ ਕਰ ਦੇ ਕਿੱਦਾਂ ਸੁਣਾਉਂਦਾ ਸੀ ਉਹ ਫਕੀਰਾਂ ਦੀਆਂ ਹਾਲਤਾਂ ਲਾਉਂਦਾ ਸੀ ਅੱਜ ਮੇਰੀ ਲਾਜ ਰੱਖਣ ਵਾਲਾ ਨਾ ਰੱਖਦਾ ਜਾ ਦਫਾ ਹੋ ਜਾ ਬਾਬਾ ਸਾਹਿਬ ਤੇਰਾ ਹੱਕ ਬਣਦਾ ਏ ਧੱਕੇ ਮਾਰ ਜਾਂ ਲੱਤਾਂ ਮਾਰ ਕਿਉਂ ਤੂੰ ਜਿੱਤਿਆ ਮਾਰ ਫਕੀਰੀ ਚਾਹੀਦੀ ਆ ਰਾਜ ਤਖਤੀ ਚਾਹੀਦਾ ਰਾਜ ਤਖਤੀ
फकीरी तेन दवा के साडे ना गया हो की होना चाहिए जी बाबा जी मैं जरूर
ਸ਼ੇਰ ਨਾਲ ਆ ਜਾਣੀ ਦਾ ਸਿਰ ਭੱਜ ਕਾ